ਸਸਿਕਾ ਨਮਸਕਾਰ ਮੈਂ ਹਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀਫੋਰੇ ਨਿਊਜ਼ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਸ਼ਾ ਮਾਫੀਆਂ ਦੀ ਇਹ ਕਿੰਨਾ ਤਾਕਤਵਰ ਹੈ ਕਿ ਨਾ ਇਹਨੂੰ ਪੁਰਾਣੀਆਂ ਸਰਕਾਰਾਂ ਤੋੜ ਸਕੀਆਂ ਤੇ ਨਾ ਹੀ ਮੌਜੂਦਾ ਆਮ ਆਦਮੀ ਪਾਰਟੀ ਹੀ ਨਸ਼ੇ ਦੇ ਕਾਰੋਬਾਰੀਆਂ ਦੇ ਉੱਤੇ ਕੋਈ ਕਾਬੂ ਪਾ ਸਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਕੱਲ ਆਉਂਦੇ ਨੇ ਲੁਧਿਆਣੇ ਜਿੱਥੇ ਉਹ ਸਰਪੰਚਾਂ ਦਾ ਸੌ ਚੁੱਕ ਸਮਾਗਮ ਹੁੰਦਾ ਹੈ ਤੇ 10000 ਤੁਮ ਵੱਧ ਨਵੇਂ ਬਣੇ ਸਰਪੰਚਾਂ ਨੂੰ 100 ਚੁਕਾਈ ਜਾਂਦੀ। ਉਹਨਾਂ ਦੇ ਨਾਲ ਉੱਥੇ ਮੁੱਖ ਮੰਤਰੀ ਭਗਵੰਤ ਮਾਨਵੀ ਹੁੰਦੇ ਨੇ। ਵੈਸੇ ਤੇ ਕੇਜਰੀਵਾਲ ਸਾਹਿਬ ਸਰਪੰਚਾਂ ਨੂੰ ਇਮਾਨਦਾਰੀ ਦਾ ਪਾਠ ਵੀ ਪੜਾਉਂਦੇ ਨੇ। ਉਹ ਪਹਿਲੇ ਲੀਡਰ ਨੇ ਜਿਹੜੇ ਕਿ ਆਪਣੇ ਆਪ ਨੂੰ ਕਟੜ ਇਮਾਨਦਾਰ ਲੀਡਰ ਰੱਖਦੇ ਸਨ ਤੇ ਆਪਣੀ ਪਾਰਟੀ ਨੂੰ ਵੀ ਕਟੜ ਇਮਾਨਦਾਰ ਪਾਰਟੀ ਰੱਖਦੇ ਸਨ। ਭਾਸ਼ਣ ਵੀ ਸ਼ੁਰੂ ਕਰਦੇ ਸਨ ਕਿ ਭ੍ਰਸ਼ਟਾਚਾਰ ਖਤਮ ਕਰ ਦੇਾਂਗੇ। ਤੇ ਜਿੱਥੇ ਵੀ ਦੂਸਰੀਆਂ ਸਟੇਟਾਂ ਦੇ ਵਿੱਚ ਜਦੋਂ ਵੀ ਇਹ ਚੋਣ ਪ੍ਰਚਾਰ ਵਾਸਤੇ ਜਾਂਦੇ ਤੇ ਆਖਦੇ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਪਰ ਕੱਲ ਜਿਹੜੀਆਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਉਹਨਾਂ ਦੇ ਉੱਤੇ ਚਰਚਾ ਕਰਨੀ ਜ਼ਰੂਰ ਬੰਦੀ ਕੇਰਿਵਾਲ ਸਾਹਿਬ ਆਖਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਹੁਣ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਪਹਿਲੀਆਂ ਹੀ ਪਾਰਟੀਆਂ ਵਾਂਗੂ ਨਿਕਲੇ ਕਿਸ ਤਰ੍ਹਾਂ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮਾਫੀਆ ਖਤਮ ਕਰ ਦੇਾਂਗੇ ਨਸ਼ੇ ਨੂੰ ਜੜੋਂ ਖਤਮ ਕਰ ਦੇਾਂਗੇ ਚਿੱਟਾ ਖਤਮ ਕਰ ਦੇਾਂਗੇ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਗੁਟਕਾ ਸਾਫ ਦੀ ਸੌਖਾਦੀ ਸੀ ਕਿ ਪੰਜਾਬ ਦੇ ਵਿੱਚੋਂ 4 ਹਫ਼ਤਿਆਂ ਚ ਨਸ਼ਾ ਮੁਕਾ ਦੇਾਂਗਾ ਪਰ ਨਸ਼ਾ ਮੁਕਿਆ ਨਹੀਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਇਹੋ ਵਾਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਕੇਦੀਵਾਲ ਸਾਹਿਬ ਆਖਦੇ ਨੇ ਕਿ ਰਾਜ ਸਰਕਾਰ ਪੂਰੀ ਮਿਹਨਤ ਕਰ ਰਹੀ ਹੈ ਪਰ ਜਨਤਾ ਦੇ ਸਹਿਯੋਗ ਤੋਂ ਬਿਨਾ ਪੰਜਾਬ ਚੋਂ ਨਸ਼ੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਕਿ ਨਸ਼ੇ ਦੇ ਮਾਮਲੇ ਦੀ ਜਿਹੜੀ ਸੂਚਨਾ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੀ ਸੂਚਨਾ ਪੁਲਿਸ ਨੂੰ ਦੇਵੋ ਤੇ ਇਹ ਵੀ ਆਖਦੇ ਨੇ ਜੇ ਪੁਲਿਸ ਵਾਲੇ ਤੁਹਾਡੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕਰਦੇ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਨਸ਼ੇ ਦੇ ਤਸਕਰਾਂ ਦੇ ਖਿਲਾਫ ਤੇ ਕਹਿੰਦੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਸਾਨੂੰ ਸੂਚਨਾ ਦਿਓ ਸਰਪੰਚ ਆਪਣੇ ਪਿੰਡਾਂ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਤੇ ਇੱਕ ਆਦਰਸ਼ ਪਿੰਡ ਬਣਾਉਣ ਉਹ ਇਹ ਵੀ ਆਖਦੇ ਨੇ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਲਈ ਵਚਨ ਬੱਧਿਆ ਜੇ ਕੋਈ ਪੁਲਿਸ ਕਰਮਚਾਰੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤੇ ਉਸ ਦੀ ਸ਼ਿਕਾਇਤ ਸਰਕਾਰ ਨੂੰ ਕਰੋ ਛੇਤੀ ਕਾਰਵਾਈ ਕਰਾਏ ਪਰ ਕੇਦੀਵਾਲ ਸਾਹਿਬ ਤੁਸੀਂ ਸ਼ਾਇਦ ਭੁੱਲ ਗਏ ਤੁਸੀਂ ਤਾਂ ਪਾਸ਼ਣ ਦੇ ਕੇ ਚਲੇ ਜਾਣਾ ਤੇ ਚਲੇ ਗਏ ਪਰ ਜਿਆਦਾ ਥਲੜੀ ਹਕੀਕਤ ਦਾ ਤੁਹਾਨੂੰ ਕੁਝ ਪਤਾ ਨਹੀਂ ਥਾਣਿਆਂ ਦੇ ਵਿੱਚ ਇਨਫਾਰਮੇਸ਼ਨ ਦੇਣ ਜਾਣ ਜਿਹੜੇ ਜਾਣਦੇ ਨੇ ਉਹਨਾਂ ਦੇ ਨਾਲ ਕੀ ਸਲੂਕ ਹੁੰਦਾ ਇਹਦੀ ਵੀ ਸ਼ਾਇਦ ਤੁਹਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਜਾਂ ਫਿਰ ਤੁਹਾਡੇ ਕੋਲ ਜਾਣਕਾਰੀ ਤੇ ਸਾਰੀ ਹੈ ਪਰ ਤੁਸੀਂ ਜਾਣ ਬੁਝ ਕੇ ਕੰਨੀ ਵੱਟ ਰਹੇ ਹੋ ਥਾਣੇ ਤੋਂ ਬਾਰਵੀਂ ਨਹੀਂ ਆਇਆ ਹੁੰਦਾ ਜਿਨੇ ਨਸ਼ੇ ਦੇ ਸੋਦਾਗਰਾਂ ਦੀ ਸੂਚਨਾ ਦਿੱਤੀ ਹੁੰਦੀ ਹੈ ਜਾਣਕਾਰੀ ਉਹਦੇ ਘਰ ਜਾਣ ਤੋਂ ਪਹਿਲਾਂ ਹੀ ਨਸ਼ਾ ਵੇਚਣ ਵਾਲਿਆਂ ਨੂੰ ਦੇ ਦਿੱਤੀ ਜਾਂਦੀ ਏ ਤੇ ਜਿਸ ਕਰ ਕਾਰਨ ਦੁਸ਼ਮਣੀ ਨਸ਼ਾ ਤਸਕਰਾਂ ਦੇ ਨਾਲ ਆਮ ਬੰਦੇ ਦੀ ਪੈ ਜਾਂਦੀ ਏ ਅਸੀਂ ਤੇ ਕੇਰੀ ਵੱਲ ਸਾਹਮਣੂ ਇਹ ਬੇਨਤੀ ਕਰਾਂਗੇ ਜੇ ਤੁਸੀਂ ਵਾਕਈ ਪੰਜਾਬ ਦੀ ਅਸਲ ਹਕੀਕਤ ਜਾਨਣਾ ਚਾਹਦੇ ਹੋ ਕਿ ਤੁਹਾਡੀ ਸਰਕਾਰ ਕੀ ਕਰ ਰਹੀ ਏ ਤੇ ਤੁਸੀਂ ਬੁਲਾਓ ਆਪਣੇ ਐਮਐਲਏ ਸਾਬਕਾ ਆਈਪੀਐਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਤੁਹਾਨੂੰ ਦੱਸਣਗੇ ਕਿ ਤੁਹਾਡੀ ਪਾਰਟੀ ਦਾ ਥੀਮ ਕੀ ਸੀ ਲੋਕਾਂ ਨਾਲ ਕਿਹੜੇ ਵਾਦੇ ਕਰਕੇ ਆਏ ਸੀ ਤੇ ਤੁਸੀਂ ਕਰ ਕੀ ਰਹੇ ਹੋ ਤੁਸੀਂ ਆਖਿਆ ਸੀ ਕਿ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਜਾਏਗਾ ਨਸ਼ੇ ਦੀ ਗਲਦਲ ਤੋਂ ਪੰਜਾਬ ਨੂੰ ਕਢ ਲਿਆ ਜਾਏਗਾ ਮਾਫੀਆ ਰਾਜ ਖਤਮ ਕੀਤਾ ਜਾਏਗਾ ਰੇਤ ਮਾਫੀਆ ਮੁਕਾਇਆ ਜਾਏਗਾ ਪਰ ਤੁਸੀਂ ਤਾਂ ਹੁਣ ਕੁਮਰ ਵਿਦੇ ਪ੍ਰਤਾਪ ਸਿੰਘ ਨੂੰ ਮਿਲਣਾ ਹੀ ਛੱਡ ਦਿੱਤਾ ਉਹਦਾ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਆਖਦੇ ਸਨ ਕਿ ਸਰਕਾਰ ਮਾਫੀਆ ਚਲਾ ਰਿਹਾ ਹੈ ਬਹੁਤ ਵੱਡੇ આરોਪ ਉਹਨਾਂ ਵੱਲੋਂ ਲਾਏ ਗਏ ਸਨ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਭ ਜਾਣਦੇ ਨੇ ਕਿ ਨਸ਼ਾ ਵੇਚਣ ਵਾਲਿਆਂ ਦੀ ਸਰਪ੍ਰਸਤੀ ਕੌਣ ਕਰਦਾ ਹੈ ਇਹਨਾਂ ਨੂੰ ਕੌਣ ਸੁਰੱਖਿਸ਼ਣ ਦਿੰਦਾ ਹੈ ਕੌਣ ਇਹਨਾਂ ਦੀ ਪਿੱਠ ਥਾਪਦਾ ਹੈ ਤੇ ਇਹਨਾਂ ਨੂੰ ਬਚਾਉਂਦਾ ਕੌਣ ਹੈ ਕਿਸੇ ਲੀਡਰ ਸਰਕਾਰੀ ਅਫਸਰ ਪੁਲਿਸ ਦੀ ਮਰਜ਼ੀ ਤੋਂ ਬਗੈਰ ਕੋਈ ਅਪਰਾਧ ਨਹੀਂ ਹੋ ਸਕਦਾ ਨਸ਼ਾ ਨਹੀਂ ਵੇਚ ਸਕਦਾ ਅਸੀਂ ਤੇ ਪਹਿਲੇ ਵੀ ਕਈ ਵਾਰ ਕਹਿ ਚੁੱਕੇ ਹਾਂ ਲੋਕਾਂ ਨੂੰ ਤੇ ਪਤਾ ਹੁੰਦਾ ਕਿੱਥੇ ਗਲਤ ਕੰਮ ਹੋ ਰਿਹਾ ਹੈ ਕੌਣ ਸ਼ਹਿਰ ਦੇ ਵਿੱਚ ਦਲਾਸ਼ਟਾ ਕਾਰੋਬਾਰ ਕਰਾਂਦਾ ਹੈ ਕਿੱਥੇ ਮਾਫੀਆ ਦਾ ਸਾਥ ਕੌਣ ਦੇ ਰਿਹਾ ਹੈ ਕਿਹੜੇ ਲੀਡਰ ਨੇ ਜਿਹੜੇ ਮਾਫੀਆ ਦੀ ਸਰਪ੍ਰਸਤੀ ਕਰਦੇ ਨੇ ਕੌਣ ਜਿਹੜਾ ਲੀਡਰ ਹੈ ਉਬਦਮਾਸ਼ਾਂ ਨੂੰ ਸਪੋਰਟ ਕਰਦਾ ਹੈ ਪਰ ਪੁਲਿਸ ਨੂੰ ਕਿਉਂ ਨਹੀਂ ਪਤਾ ਹੁੰਦਾ ਲੀਡਰਾਂ ਨੂੰ ਕਿਉਂ ਨਹੀਂ ਪਤਾ ਹੁੰਦਾ ਸਭ ਪਤਾ ਹੁੰਦਾ ਲੀਡਰਾਂ ਨੂੰ ਪਰ ਇਹ ਆਪ ਨਾਲ ਰਲ ਜਾਂਦੇ ਨੇ ਕਿਸ ਤਰ੍ਹਾਂ ਝਗੜੇ ਵਾਲੀਆਂ ਪ੍ਰਾਪਰਟੀਆਂ ਦੇ ਉੱਤੇ ਬਦਮਾਸ਼ਾਂ ਦੇ ਨਾਲ ਰਲ ਕੇ ਕਬਜ਼ੇ ਕੀਤੇ ਜਾਂਦੇ ਨੇ ਸਭ ਨੂੰ ਪਤਾ ਹੈ ਨਾਰਾਂ ਦਾ ਕੇਜਰੀਵਾਲ ਸਾਹਿਬ ਤੁਸੀਂ ਬਦਲਾਅ ਦਾ ਦੇ ਕੇ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਵਾਂਗੇ ਪਰ ਪੌਣੇ ਤਿੰਨ ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਪਰ ਬਦਲਾਅ ਕੀ ਆਇਆ ਇਹ ਬਦਲਾਅ ਜ਼ਰੂਰ ਆਇਆ ਕਿ ਪੰਜਾਬ ਨੂੰ ਦਿੱਲੀ ਤੋਂ ਕੰਟਰੋਲ ਕੀਤਾ ਜਾਣ ਲੱਗਾ ਹੁਣ ਤੇ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਰੈਂਡਰ ਕਰ ਦਿੱਤਾ ਹੈ ਉਹ ਕੋਈ ਵਿਰੋਧ ਹੁਣ ਦਿੱਲੀ ਵਾਲਿਆਂ ਦਾ ਨਹੀਂ ਕਰਦੇ ਜਾਂ ਤੇ ਤੁਸੀਂ ਉਹਨਾਂ ਨੂੰ ਡਰਾ ਹੀ ਇਹਨਾਂ ਲਿਆ ਕਿ ਜੇ ਭਗਵੰਤ ਮਾਨ ਜੀ ਤੁਸੀਂ ਬੋਲੇ ਤੇ ਫਿਰ ਤੁਹਾਨੂੰ પાਸੇ ਕਰਤਾ ਜਾਏਗਾ ਅਫਸਰ ਸ਼ਾਹੀ ਦੇ ਵਿੱਚ ਵੀ ਚਰਚਾ ਹੈ ਕਿ ਨੁਕਤੀਆਂ ਜਦੋਂ ਹੋਣੀਆਂ ਦਿੱਲੀ ਤੋਂ ਨੇ ਤੇ ਫਿਰ ਦਿੱਲੀ ਵਾਲਿਆਂ ਦਾ ਹੀ ਹੁਕਮ ਮੰਨੋ ਇੱਥੇ ਲੀਡਰਾਂ ਦੀ ਗੱਲ ਮੰਨਦਾ ਕੋਈ ਜਿਹੜਾ ਫਾਇਦਾ ਨਹੀਂ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਦੱਸੋ ਜੇ ਕੋਈ ਨਸ਼ਾ ਵੇਚਦਾ ਹੈ ਤੇ ਤੁਹਾਡੀ ਗੱਲ ਪੁਲਿਸ ਨਹੀਂ ਸੁਣਦੀ ਵੀ ਤੁਹਾਨੂੰ ਕੋਈ ਮਿਲੇ ਕਿੱਥੇ ਤੁਹਾਡੇ ਆਲੇ-ਦੁਆਲੇ ਤਾਂ ਚਿੜੀ ਵੀ ਨਹੀਂ ਫੜਕ ਸਕਦੀ ਹੁਣ ਤੁਸੀਂ ਆਮ ਆਦਮੀ ਨਹੀਂ ਆਏ ਤੁਸੀਂ ਖਾਸਮ ਖਾਸ ਹੋ ਚੁੱਕੇ ਹੋ ਮੈਂ ਵੀ ਤੁਹਾਡੇ ਨਾਲ ਦੋ ਵਾਰਾਂ ਸਵਾਲ ਕਰ ਚੁੱਕਿਆ ਜਦੋਂ ਤੁਸੀਂ ਸਰਕਾਰ ਨਹੀਂ ਸੀ ਤੁਹਾਡੀ ਇਹਦੇ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਉਦੋਂ ਤੱਲੋ ਮੱਛੀ ਹੋ ਰਹੇ ਸਨ ਤੁਸੀਂ ਪ੍ਰੈਸ ਕਾਨਫਰੰਸ ਵੀ ਕਰਦੇ ਸੀ ਤੇ ਜਵਾਬ ਵੀ ਦਿੰਦੇ ਸਨ ਹੁਣ ਤਾਂ ਉਹਨਾਂ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਵੜਨ ਨਹੀਂ ਦਿੱਤਾ ਜਾਂਦਾ ਜਿਹੜੇ ਸਵਾਲ ਪੁੱਛਦੇ ਨੇ ਪਹਿਲਾਂ ਸਭ ਕੁਝ ਪਲਾਨ ਕਰ ਲਿੱਤਾ ਗਿਆ ਤੁਸੀਂ ਤੇ ਸਭ ਕੁਝ ਗ੍ਰੈਬ ਕਰ ਲਿਆ ਤੁਸੀਂ ਤਾਂ ਲੋਕਾਂ ਨਾਲ ਸੰਪਰਕ ਬਣਾਉਣਾ ਸੀ ਆਮ ਆਦਮੀ ਪਾਰਟੀ ਸੀ ਤੁਸੀਂ ਤੇ ਖਾਸਮਾ ਦੇ ਵੀ ਖਾਸ ਹੋ ਗਏ ਖਾਸਮ ਖਾਸ ਹੋ ਗਏ ਤੁਹਾਡੇ ਲੀਡਰਾਂ ਦਾ ਜਿਹੜੇ ਆਪਣੇ ਆਪ ਨੂੰ ਆਮ ਕਰਾਂ ਦੇ ਕਾਕੇ ਕਹਿੰਦੇ ਸੀ ਉਹਨਾਂ ਦੀ ਵੇਖੋ ਥੱਲੇ ਲੋਕਾਂ ਦੇ ਨਾਲ ਸੰਪਰਕ ਉਹਨਾਂ ਦਾ ਵੀ ਟੁੱਟ ਗਿਆ ਪੈਸੇ ਕਮਾਉਣ ਦੇ ਚੱਕਰ ਦੇ ਤੇ ਪੈ ਗਏ ਨੇ ਤੁਸੀਂ ਦੇਖੋ ਲੋਕ ਸਭ ਜਾਣਦੇ ਨੇ ਕਿ ਤੁਹਾਡੀ ਤੇ ਯਕੀਨ ਕਰਕੇ ਤੁਹਾਡੇ ਤੇ ਯਕੀਨ ਕਰਕੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਹਰਾ ਦਿੱਤਾ ਸਾਬਕਾ ਮੁੱਖ ਮੰਤਰੀ ਤੱਕ ਖੜਾ ਦਿੱਤੇ ਗਏ ਡਿਪਟੀ ਸੀਐਮ ਤੱਕ ਖੜਾ ਦਿੱਤੇ ਗਏ ਤੇ ਤੁਹਾਨੂੰ ਪੰਜਾਬ ਦੀ ਸੱਤਾ ਸੌਂਪ ਦਿੱਤੀ ਗਈ 92 ਸੀਟਾਂ ਜਿਤਾ ਦਿੱਤੀਆਂ ਪਰ ਲੱਗਦਾ ਹੈ ਕਿ ਪੰਜਾਬ ਦੇ ਨਾਲ ਧੋਖਾ ਹੋ ਗਿਆ ਹੈ ਅਫਸਰਾਂ ਕੋਲੋਂ ਬਿਊਰੋਕ੍ਰੇਸੀ ਕੋਲੋਂ ਕੰਮ ਲੈਣਾ ਹੁੰਦਾ ਹੈ ਸਰਕਾਰ ਨੇ ਮੰਤਰੀਆਂ ਨੇ ਐਮਐਲਏ ਨੇ ਤੇ ਜਦੋਂ ਤੁਹਾਡੇ ਲੋਕ ਤੁਹਾਡੇ ਲੀਡਰ ਐਮਐਲਏ ਇਹਨਾਂ ਅਫਸਰਾਂ ਕੋਲੋਂ ਗਲਤ ਕੰਮ ਕਰਵਾਉਂਦੇ ਨੇ ਜਾਂ ਉਹਨਾਂ ਨੂੰ ਆਖਦੇ ਨੇ ਕਿ ਗਲਤ ਕੰਮ ਕਰੋ ਸ਼ਹਿਰਾਂ ਦੇ ਵਿੱਚ ਜੇ ਨਜਾਇਜ਼ ਉਸਾਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਹੋਣ ਦਿਓ ਤੇ ਤੁਸੀਂ ਇਹ ਆਖੋ ਗਲਤ ਕੰਮ ਕਰਨ ਵਾਲੇ ਨੂੰ ਮਾਲਕ ਨੂੰ ਇਹ ਕਹੋਗੇ ਸੰਪਰਕ ਕਰੇ ਐਮਐਲਏ ਦੇ ਨਾਲ ਤੇ ਮਾਲਕ ਨੂੰ ਬਲਾ ਕੇ ਤੁਸੀਂ ਫਿਰ ਰਿਸ਼ਵਤ ਲਓ ਤੇ ਫਿਰ ਕਿਦਾਂ ਆਏਗਾ ਬਦਲਾ ਸਾਡੇ ਨਾਲ ਚਲੋ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਅਸੀਂ ਕਈ ਇਮਾਰਤਾਂ ਬਖਾ ਦੇਾਂਗੇ ਜਿਹੜੀਆਂ ਕਿ ਨਜਾਇਜ਼ ਬਣਦੀਆਂ ਨੇ ਉਹ ਕਿਦੀ ਸਰਪ੍ਰਸਤੀ ਦੇ ਵਿੱਚ ਬਣਦੀਆਂ ਨੇ ਤੁਹਾਡੇ ਲੀਡਰਾਂ ਦੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਛਡਾਉਣ ਦੀ ਤੁਸੀਂ ਗੱਲ ਕਰਦੇ ਸੀ ਕਿ ਅਸੀਂ ਸਰਕਾਰੀ ਜ਼ਮੀਨਾਂ ਦੇ ਉੱਤੇ ਜਿਹੜੇ ਕਬਜ਼ੇ ਹੋਏ ਨੇ ਉਹਨਾਂ ਨੂੰ ਛਡਾਵਾਂਗੇ ਪਰ ਤੁਹਾਡੇ ਲੀਡਰ ਸਪੋਰਟ ਕਰ ਰਹੇ ਨੇ ਜਿਹੜੇ ਕਬਜ਼ਾਦਾਰੀ ਨੇ ਉਹਨਾਂ ਦੀ ਪਿੱਠ ਥੱਪ ਲੱਗ ਪਈ ਅਸੀਂ ਅੰਮ੍ਰਿਤਸਰ ਦੇ ਵਿੱਚ ਕਈ ਵਾਰੀ ਗੱਲ ਕੀਤੀ ਏ ਫਤਾਹਪੁਰ ਦੇ ਕੋਲ ਪ੍ਰਾਰੀਵਾਲ ਅਰਬੰਦ ਦੀ ਜ਼ਮੀਨ ਜਿਹੜੀ ਕਿ ਚਬਾਲ ਰੋਡ ਦੇ ਬਿਲਕੁਲ ਨਾਲ ਲੱਗਦੀ ਏ ਉਸ ਦੇ ਉੱਤੇ ਪੂ ਮਾਫੀਆ ਦਾ ਕਬਜਾ ਹੋਇਆ ਤੇ ਕਿਸ ਤਰ੍ਹਾਂ ਲੀਡਰ ਤੇ ਅਫਸਰ ਉਹਨਾਂ ਦੇ ਨਾਲ ਰਲੇ ਹੋਏ ਨੇ ਅਸੀਂ ਕਈ ਸਟੋਰੀਆਂ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਆਸ-ਪਾਸ ਲੀਡਰ ਰਹਿੰਦੇ ਨੇ ਉਹਨਾਂ ਨੂੰ ਵੀ ਇਹਦੀਆਂ ਸਟੋਰੀਆਂ ਪਾਈਆਂ ਤੇ ਉਹਨਾਂ ਨੂੰ ਟੈਗ ਵੀ ਕੀਤਾ ਹੈ ਕਿ ਸੀਆਈਡੀ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਸਰਕਾਰੀ ਜ਼ਮੀਨ ਹੈ ਤੇ ਉਸ ਸਰਕਾਰੀ ਜ਼ਮੀਨ ਦੇ ਉੱਤੇ ਕਿਹੜੇ ਲੀਡਰ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੈ ਕਿਹੜੇ ਭੂ ਮਾਫੀਆ ਨੂੰ ਕਿਹੜਾ-ਕਿਹੜਾ ਲੀਡਰ ਸਪੋਰਟ ਕਰਦਾ ਹੈ ਕਿਹੜਾ ਲੀਡਰ ਧਣਾ ਸਠਾ ਕਾਰੋਬਾਰੀਆਂ ਨੂੰ ਸਪੋਰਟ ਕਰ ਰਿਹਾ ਹੈ ਕਿਹੜਾ ਲੀਡਰ ਬੁੱਕੀਆਂ ਨੂੰ ਸਪੋਰਟ ਕਰਦਾ ਹੈ ਡਿਪਟੀ ਕਮਿਸ਼ਨਰ ਸਾਹਿਬ ਇਮਾਨਦਾਰ ਨੇ ਐਸੋਲੇ ਅਮਰਸਰ ਦੇ ਕਮਿਸ਼ਨਰ ਕਾਰਪੋਰੇਸ਼ਨ ਗੁਰਪ੍ਰੀਤ ਸਿੰਘ ਆਲਕ ਉਹ ਵੀ ਚਾਹੁੰਦੇ ਨੇ ਇਹ ਦੋਵੇਂ ਅਫਸਰ ਚਾਹੁੰਦੇ ਨੇ ਕਿ ਕਾਰਪੋਰੇਸ਼ਨ ਦੀ ਜਿਹੜੀ ਜ਼ਮੀਨ ਹੈ ਕਰੋੜਾਂ ਰੁਪਏ ਦੀ ਪ੍ਰਾੜੀਵਾਲ ਦੀ ਜ਼ਮੀਨ ਉਸ ਨੂੰ ਕਬਜ਼ਾ ਮੁਕਤ ਕਰਾਇਆ ਜਾ ਸ ਤੁਹਾਡੇ ਕੁਝ ਲੀਡਰ ਤੇ ਕੁਝ ਪ੍ਰਸ਼ਟ ਅਫਸਰ ਐਦਾਂ ਹੋਣ ਨਹੀਂ ਦੇਣਾ ਚਾਹਰੇ ਜੇ ਨਸ਼ਾ ਨਹੀਂ ਮੁਕਦਾ ਜੇ ਕ੍ਰਾਈਮ ਨਹੀਂ ਮੁਕਦਾ ਜੇ ਬਦਮਾਸ਼ੀ ਗੁੰਡਾਗਰਦੀ ਨਹੀਂ ਮੁਕਦੀ ਤੇ ਅਫਸਰਾਂ ਨੂੰ ਤੁਸੀਂ ਆਪਣਾ ਵਿਜਨਦਿਓ ਬੁਲਾ ਕੇ ਜਿਸ ਤਰ੍ਹਾਂ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਡਿਪਟੀ ਕਮਿਸ਼ਨਰਾਂ ਦੇ ਨਾਲ ਫਿਰ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਦੇ ਨਾਲ ਵੀ ਜੇ ਭ੍ਰਸ਼ਟਾਚਾਰ ਹੁੰਦਾ ਤੇ ਤੁਸੀਂ ਜ਼ਿੰਮੇਵਾਰ ਹੋਗੇ ਭ੍ਰਸ਼ਟਾਚਾਰ ਨੂੰ ਛੱਡੋ ਉਹਨਾਂ ਨੂੰ ਆਖੋ ਜੇ ਤੁਹਾਡੇ ਇਲਾਕੇ ਦੇ ਵਿੱਚ ਗਲਤ ਕੰਮ ਹੁੰਦਾ ਤੇ ਉਸ ਥਾਣੇ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਜਾਵੇ ਉਹਨਾਂ ਨੂੰ ਡਿਸਮਿਸ ਕਰ ਦਿਓ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿਤੇ ਗੁੰਡਾਗਰਦੀ ਹੋਵੇ ਆਮ ਬੰਦਾ ਤੇ ਚਾਹੁੰਦਾ ਹੈ ਕਿ ਸੋਸ਼ਲ ਸਿਕਿਉਰਿਟੀ ਹੋਵੇ ਕੋਈ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਨਾ ਕਰੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨਾ ਹੋਣ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਪਰ ਕੁਝ ਕਾਲੀਆਂ ਪੀੜਾਂ ਨੇ ਪੰਜਾਬ ਪੁਲਿਸ ਦੇ ਅਕਸ ਨੂੰ ਵੀ ਖਰਾਬ ਕੀਤਾ ਹੈ ਹਰ ਦਿਨ ਬਹੁਤ ਸਾਰੀ ਹਿਰੋਇਨ ਨਸ਼ਾ ਆਈਸ ਫੜੀ ਜਾ ਰਹੀ ਹੈ ਗੈਂਗਸਟਰ ਵੀ ਫਰੇ ਜਾ ਰਹੇ ਨੇ ਮੁਕਾਬਲੇ ਵੀ ਹੋ ਰਹੇ ਨੇ ਇਹ ਸਭ ਇਮਾਨਦਾਰ ਪੁਲਿਸ ਫੋਰਸ ਹੈ ਪੰਜਾਬ ਦੀ ਜਿਹੜੀ ਕਿ ਇਹਨਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਜਿਹੜਾ ਥਾਣੇਦਾਰ ਜਿਹੜਾ ਅਫਸਰ ਗੱਲ ਨਹੀਂ ਸੁਣਦਾ ਉਹਨੂੰ ਟੰਗ ਦਿਓ ਡਿਸਮਿਸ ਕਰ ਦਿਓ ਘਰ ਭੇਜ ਦਿਓ ਤੁਹਾਡੇ ਕੋਲ ਤੇ ਬਹੁਤ ਤਾਕਤ ਹੈ ਸਰਕਾਰ ਬਹੁਤ ਪਾਵਰਫੁਲ ਹੁੰਦੀ ਹੈ ਆਖਰਕਾਰ ਕਿੰਨਾ ਚਿਰ ਗੱਲਾਂ ਦੇ ਕਾਬ ਬਣਾਉਂਦੇ ਰਹੋਗੇ ਲੋਕ ਹੁਣ ਕੰਮ ਵੇਖਣਾ ਚਾਹੁੰਦੇ ਨੇ ਅਫਸਰ ਸਾਹੀ ਬੇਲਗਾਮ ਹੈ ਤੁਸੀਂ ਦਿੱਲੀ ਬੁਲਾਵਲਾ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਹੋ ਉਹਨਾਂ ਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਮੁੱਖ ਮੰਤਰੀ ਭਗੰਤ ਮਾਨ ਦੀ ਗੱਲ ਮੰਨੀਏ ਕਿ ਦਿੱਲੀ ਦੀ ਲੀਡਰਸ਼ਿਪ ਦੀ ਗੱਲ ਮੰਨੀਏ ਜੋ ਹਾਲ ਪੰਜਾਬ ਦਾ ਹੋ ਗਿਆ ਇਸ ਤੋਂ ਮਾੜਾ ਹਾਲ ਕੀ ਕਰੋਗੇ ਤੁਸੀਂ ਪੰਜਾਬ ਦਾ ਕਰਜ਼ਾ ਤੁਸੀਂ ਲਾਣ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਦੇ ਉੱਤੇ ਤੁਸੀਂ ਲਗਾਤਾਰ ਕਰਜ਼ਾ ਚੜਾਈ ਜਾ ਰਹੇ ਹੋ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਪਿਆ ਅਦਾਲਤਾਂ ਦੇ ਵਿੱਚ ਲੋਕ ਤੱਕੇ ਖਾਂਦੇ ਨੇ ਤੁਸੀਂ ਸਰਪੰਚਾਂ ਨੂੰ ਤੇ ਨਸੀਹਤ ਦਿੰਦੇ ਹੋ ਕਿ ਕਾਨੂੰਨ ਦੇ ਮੁਤਾਬਕ ग्राम सभा साल ਦੇ ਵਿੱਚ ਦੋ ਵਾਰੀ ਹੋਣੀ ਚਾਹੀਦੀ ਏ ਇਹੋ ਨਸੀਹਤ ਤੁਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿਓ ਕਿ ਸਾਲ ਦੇ ਵਿੱਚ ਘੱਟੋ ਘੱਟ ਦੋ ਸੈਸ਼ਨ ਹੋਣੇ ਚਾਹੀਦੇ ਨੇ ਤੇ ਸੈਸ਼ਨ ਲੰਬੇ ਬੁલાਏ ਜਾਣ ਛੋਟੇ ਸੈਸ਼ਨ ਨਾ ਬੁલાਏ ਜਾਣ ਤੇ ਸੈਸ਼ਨ ਬੁਲਾ ਕੇ ਉਹਨਾਂ ਦੇ ਵਿੱਚ ਚਰਚਾ ਕਰੋ ਕਿ ਪੰਜਾਬ ਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਜੇ 6 ਮਹੀਨੇ ਬਾਅਦ ਵੀ ਸੈਸ਼ਨ ਬੁਲਾਇਆ ਜਾਂਦਾ ਤੇ ਜੇ 117 ਐਮਐਲਏ 1 ਐਮਐਲ ਨੂੰ ਅੱਧਾ ਘੰਟਾ ਵੀ ਤੁਸੀਂ ਬੋਲਣ ਨੂੰ ਦਿਓ ਤੇ ਕਿੰਨੇ ਘੰਟੇ ਚਾਹੀਦੇ ਨੇ ਤੁਸੀਂ ਆਪ ਹਿਸਾਬ ਲਾ ਲਓ ਤੇ ਫਿਰ ਪੰਜਾਬ ਦੀਆਂ ਸਮੱਸਿਆਵਾਂ ਤੋਂ ਤੁਸੀਂ ਵਾਕਿਫ ਹੋ ਸਕੋਗੇ ਵਿਧਾਨ ਸਭਾ ਦੇ ਸਪੀਕਰ ਕਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਹੀ ਕੁਲਤਾਰ ਸਿੰਘ ਸੰਧਵਾ ਜਿਹੜੇ ਉਹ ਆਖਦੇ ਨੇ ਕਿ ਪੁਲਿਸ ਵਾਲੇ ਗੈਂਗਸਟਰਾਂ ਕੋਲੋਂ ਰਿਸ਼ਵਤ ਲੈਂਦੇ ਨੇ ਉਹ ਐਗਜ਼ਾਮਪਲ ਵੀ ਦਿੰਦੇ ਨੇ ਫਿਰ ਕਹਿੰਦੇ ਵੀ ਕਾਲੀਆਂ ਪੇਡਾਂ ਕਿਹੜੀਆਂ ਨੇ ਇਹਦੀ ਲਿਸਟ ਦਿਓ ਸੂਚੀ ਮੰਗੀ ਜਾਂਦੀ ਏ ਕੀ ਬਣਿਆ ਇਸ ਗੱਲ ਨੂੰ ਵੀ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕਿਸ ਨੇ ਤੁਹਾਨੂੰ ਸੂਚੀ ਬਣਾਉਣ ਤੋਂ ਰੋਕਿਆ ਕਿਸ ਨੇ ਰੋਕਿਆ ਕਿ ਜਿਹੜੀਆਂ ਬਲੈਕ ਸ਼ੀਪਸ ਨੇ ਕਾਲੀਆਂ ਪੇਡਾਂ ਨੇ ਡਿਪਾਰਟਮੈਂਟ ਦੇ ਵਿੱਚ ਜਾਂ ਅਫਸਰਸ਼ਾਹੀ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਉਹਨਾਂ ਦੇ ਨਸ਼ਰ ਨਾ ਕੀਤੇ ਜਾਣ ਐਮਐਲਏ ਤਾਂ ਇਸ ਕਰਕੇ ਚੁਣੇ ਜਾਂਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਜਾਣਗੇ ਲੋਕਾਂ ਦੀਆਂ ਗੱਲਾਂ ਕਰਨਗੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹ ਮੁਸ਼ਕਲਾਂ ਦਾ ਹੱਲ ਲੱਭਣਗੇ ਉਦੋਂ ਤਾਂ ਤੁਸੀਂ ਵੀ ਕਹਿੰਦੇ ਸੀ ਜਦੋਂ ਤੁਹਾਡੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤੇ ਵੱਡੇ ਸੈਸ਼ਨ ਹੋਣੇ ਚਾਹੀਦੇ ਨੇ ਤੇ ਹੁਣ ਤੁਸੀਂ ਆਪ ਕੁਛ ਦਿਨਾਂ ਦਾ ਸੈਸ਼ਨ ਕਿਉਂ ਬੁਲਾਉਂਦੇ ਹੋ ਇਸ ਨੂੰ ਲੈ ਕੇ ਮੇਰੀ ਗੱਲਬਾਤ ਹੁੰਦੀ ਹੈ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ لال ਦੇ ਨਾਲ ਉਹ ਆਖਦੇ ਨੇ ਕਿ ਪੰਜਾਬ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ ਪੰਜਾਬ ਇਸ ਵੇਲੇ ਗੰਭੀਰ ਸੰਕਟੋਂ ਗੁਜ਼ਰ ਰਿਹਾ ਹੈ ਉਹ ਇਹ ਵੀ ਆਖਦੇ ਨੇ ਕਿ ਸਲਾਹ ਦੇਣੀ ਬੜੀ ਸੌਖੀ ਹੁੰਦੀ ਹੈ ਪਰ ਉਸ ਦੇ ਉੱਤੇ ਅਮਲ ਕਰਨਾ ਬੜਾ ਆਖਾ ਹੁੰਦਾ ਆਮ ਆਦਮੀ ਪਾਰਟੀ ਵਾਲੇ ਸਿਰਫ ਸਲਾਹ ਦਿੰਦੇ ਨੇ ਕਿਉਂਕਿ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਬੜੀਆਂ ਡੀਂਗਾ ਮਾਰਦੇ ਸੀ ਵੀ ਜਿਨ੍ਹਾਂ ਦੇ ਨੇ ਜ਼ਿਆਦਾ ਸੁਰੱਖਿਆ ਲੈਣੀ ਹੈ ਜ਼ਿਆਦਾ ਸਕਿਉਰਟੀ ਲੈਣੀ ਹੈ ਉਹ ਮੁਰਗੀ ਫਾਰਮ ਖੋਲ ਲੈਣ ਤੇ ਹੁਣੇ ਕੀ ਕਰ ਰਹੇ ਨੇ ਉਹ ਪ੍ਰੋਫੈਸਰ ਦਬਾਈਲਾ ਲਾਖਦੇ ਨੇ ਕਿ ਪੰਜਾਬ ਦਾ ਇੰਨਾ ਮਾੜਾ ਹਾਲ ਪਹਿਲਾਂ ਕਦੇ ਨਹੀਂ ਹੋਇਆ ਪੰਜਾਬ ਦਾ ਕਿਸਾਨ ਰੋਲ ਰਿਹਾ ਹੈ ਉਹਦਾ ਝੋਨਾ ਨਹੀਂ ਚੁੱਕਿਆ ਜਾ ਰਿਹਾ ਜਿਹਦੇ ਕੋਲ 2-3 ਕਿੱਲੇ ਜ਼ਮੀਨ ਹੈ ਉਹ ਆਪਣਾ ਝੋਨਾ ਰੱਖ ਰੱਖੇ ਕਿੱਥੇ ਉਹਦੇ ਕੋਲ ਥਾਂ ਹੀ ਨਹੀਂ ਗਈ ਤੇ ਮੰਡੀਆਂ ਦੇ ਵਿੱਚ ਵੀ ਥਾਂ ਨਹੀਂ ਝੋਨਾ ਤੁਸੀਂ ਚੁੱਕ ਨਹੀਂ ਸਕੇ ਤੁਹਾਨੂੰ ਪਹਿਲਾਂ ਪਤਾ ਸੀ ਕਿ ਸਾਡੇ ਸ਼ੈਲਰਾਂ ਦੇ ਵਿੱਚ ਵੀ ਝੋਨਾ ਰੱਖਣ ਦੀ ਥਾਂ ਨਹੀਂ ਹੈਗੀ ਤੇ ਤੁਸੀਂ ਫਿਰ ਇਹਦੀ ਪਹਿਲਾਂ ਤਿਆਰੀ ਕਿਉਂ ਨਹੀਂ ਕੀਤੀ ਉਹ ਇਹ ਵੀ ਆਖਦੇ ਨੇ ਤੇ ਇਹ ਇਹ ਤਾਂ ਆਮ ਆਦਮੀ ਸਨ ਪਰ ਇਹਨਾਂ ਦੇ ਉੱਤੇ ਖਾਸ ਆਦਮੀ ਤੋਂ ਵੱਧ ਦੀ ਮੋਟੀ ਪਰਤ ਚੜ ਗਈ ਹੈ ਬਿਊਰੋਕ੍ਰੇਸੀ ਦੇ ਉੱਤੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਰਹਿ ਗਿਆ ਪ੍ਰੋਫੈਸਰ ਦਰਬਾਈ ਦਾ ਲਖਦੇ ਨੇ ਕਿ ਚਪਰਾਸੀ ਤੋਂ ਲੈ ਕੇ ਉੱਤੇ ਅਫਸਰ ਸਾਰੇ ਲੀਡਰ ਸਰਕਾਰ ਨੂੰ ਖਾਣ ਨੂੰ ਲੱਗੇ ਹੋਏ ਨੇ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਕਿਸੇ ਦੀ ਅਕਾਉਂਟੇਬਿਲਟੀ ਨਹੀਂ ਹੈ ਸੁਵਿਧਾਵਾਂ ਤੇ ਸਭ ਚਾਹੁੰਦੇ ਨੇ ਪਰ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਉਹ ਕਹਦੇ ਨੇ ਕਿ ਦੇਸ਼ ਦੀ ਡੈਮੋਕ੍ਰੇਸੀ ਦਾ ਰੌਲਾ ਤੇ ਸਾਰੇ ਲੀਡਰ ਸਾਡੇ ਲੀਡਰ ਪੂਰੀ ਦੁਨੀਆ ਦੇ ਵਿੱਚ ਪਾਉਂਦੇ ਨੇ ਪਰ ਜ਼ਮੀਨੀ ਹਕੀਕਤ ਕੀ ਆ ਇੱਥੇ 5 ਕਰੋੜ ਕੇਸ ਜਿਹੜੇ ਆ ਅਦਾਲਤਾਂ ਦੇ ਵਿੱਚ ਚੱਲੇ ਨੇ ਤੇ ਜੇ ਇੱਕ ਕੇਸ ਦੇ ਨਾਲ ਇੱਕ ਪਰਿਵਾਰ ਦੇ 5 ਜੀ ਜੁੜੇ ਨੇ ਤੇ ਤੁਸੀਂ ਸਾਹਬ ਲਾ ਲਓ 25 ਕਰੋੜ ਬੰਦਾ ਤੇ ਉਮੀਦ ਲਾ ਕੇ ਬੈਠਾ ਕਿ ਸਾਨੂੰ ਵੀ ਕਦੀ ਇਨਸਾਫ ਮਿਲੇਗਾ ਉਹ ਦੱਸਦੇ ਨੇ ਕਿ 2018 ਦੇ ਵਿੱਚ ਨੀਤੀ ਆਯੋਗ ਦੀ ਇੱਕ ਰਿਪੋਰਟ ਬਣੀ ਸੀ ਉਸ ਦੇ ਮੁਤਾਬਕ ਇਹ ਆਖਿਆ ਗਿਆ ਸੀ ਕਿ ਉਸ ਵੇਲੇ 2018 ਦੇ ਵਿੱਚ ਅਦਾਲਤਾਂ ਦੇ ਵਿੱਚ 2 ਕਰੋੜ 90 ਲੱਖ ਕੇਸ ਪੈਂਡਿੰਗ ਨੇ ਤੇ ਇਹ ਰਿਪੋਰਟ ਦਿੱਤੀ ਗਈ ਸੀ ਜੇ ਇਹਨਾਂ ਸਾਰਿਆਂ ਕੇਸਾਂ ਨੂੰ ਸੁਣਵਾਈ ਕਰਕੇ ਖਤਮ ਕਰਨਾ ਪਵੇ ਤੇ 342 ਸਾਲ ਲੱਗ ਜਾਣਗੇ ਯਾਨੀ ਕਿ 350 ਸਾਲ ਦਾ ਸਮਾਂ ਲੱਗ ਜਾਏਗਾ ਤੇ ਹੁਣ ਤਾਂ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਵੱਧ ਕੇਸ ਪੈਂਡਿੰਗ ਹੋ ਗਏ ਨੇ ਇਹਨਾਂ ਨੂੰ ਖਤਮ ਕਰਨ ਲਈ ਤੇ 500 ਸਾਲ ਤੋਂ ਵੱਧ ਦਾ ਸਮਾਂ ਚਾਹੀਦਾ ਤੇ ਕੀ ਇੰਨਾ ਚਿਰ ਕੋਈ ਜੀ ਪਾਉਂਦਾ ਕਿਹੋ ਜਿਹਾ ਹਾਲ ਸਾਡੇ ਮੁਲਕ ਦਾ ਹੋ ਗਿਆ ਪ੍ਰੋਫੈਸਰ ਦਬਾਈ ਲਾਲ ਇਹ ਵੀ ਦੱਸਦੇ ਨੇ ਕਿ 1 ਕਰੋੜ 90 ਲੱਖ ਕੇਸ ਤੇ ਅਜੇ ਨੇ ਜਿਹੜੇ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਵੀ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ ਇਹ ਕਾਦਾ ਇਨਸਾਫ ਹੈ 32-32 ਸਾਲ ਲੱਗ ਜਾਂਦੇ ਨੇ ਕਿਸੇ ਨੂੰ ਸਜ਼ਾ ਦੇਣ ਵਾਸਤੇ ਉਸ ਵੇਲੇ ਕੋਈ ਜਿੰਦਾ ਹੁੰਦਾ ਤੇ ਕੋਈ ਮਰਿਆ ਹੁੰਦਾ ਕੋਈ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਦੇ ਵਿੱਚ ਹੁੰਦਾ ਹੈ ਉਹ ਤੇ ਇਹ ਵੀ ਆਖਦੇ ਨੇ ਕਿ ਐਸ ਵੇਲੇ ਪੰਜਾਬ ਵੈਂਟੀਲੇਟਰ ਦੇ ਉੱਤੇ ਹੈ ਆਈਸੀਯੂ ਦੇ ਵਿੱਚ ਪਿਆ ਹੋਇਆ ਹੈ ਜੇ ਜੱਜਾਂ ਦੀ ਕਮੀ ਹੈ ਤੇ ਸਰਕਾਰਾਂ ਨੇ ਜੱਜਾਂ ਦੀ ਕਮੀ ਦੂਰ ਕਰਨੀ ਹੈ ਤੁਹਾਡੇ ਲਈ ਤੇ ਲੀਡਰਾਂ ਲਈ ਤੇ ਰਾਤ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੀ ਖੁੱਲ ਜਾਂਦੇ ਨੇ ਤੇ ਆਮ ਬੰਦਾ ਤੇ ੱੱਕੇ ਖਾਂਦਾ ਰਹਿੰਦਾ ਇਸ ਕਰਕੇ ਕੇਜਰੀਵਾਲ ਸਾਹਿਬ ਜ਼ਮੀਨੀ ਹਕੀਕਤ ਨੂੰ ਪਛਾਣੋ ਜਿਹੜੇ ਵਾਦੇ ਤੁਸੀਂ ਲੋਕਾਂ ਨਾਲ ਕੀਤੇ ਸੀ ਉਨਾ ਵਾਅਦਿਆਂ ਤੇ ਵੀ ਧਿਆਨ ਮਾਰੋ ਅਖਰਕਾਰ ਮੁਫਤ ਬਿਜਲੀ ਦੇ ਕੇ ਮੁਫਤ ਦੀਆਂ ਰੇਵੜੀਆਂ ਵੰਡ ਕੇ ਮੁਫਤ ਆਟਾ ਦਾਲ ਦੇ ਕੇ ਕਿੰਨੀ ਜਿਰ ਲੋਕਾਂ ਨੂੰ ਮੂਰਖ ਬਣਾਓਗੇ ਇਦਾਂ ਤੇ ਤੁਸੀਂ ਆਉਣ ਵਾਲੀਆਂ ਨਸਲਾਂ ਨੂੰ ਬਰਬਾਦ ਕਰ ਦਿਓਗੇ ਬਹੁਤ ਉਮੀਦਾਂ ਸਨ ਲੋਕਾਂ ਨੂੰ ਤੁਹਾਡੇ ਕੋਲ ਕਿਉਂਕਿ ਪੁਰਾਣੀਆਂ ਪਾਰਟੀਆਂ ਨੇ ਕੱਖ ਨਹੀਂ ਸੀ ਕੀਤਾ ਰਵਾਇਤੀ ਪਾਰਟੀਆਂ ਨੂੰ ਇਸੇ ਕਰਕੇ ਲੋਕਾਂ ਨੇ ਹਰਾ ਦਿੱਤਾ ਤੇ ਤੁਹਾਡਾ ਦਾ ਲੱਗ ਗਿਆ ਜਿਹੜਾ ਕਾਉਂਸਲਰ ਨਹੀਂ ਸੀ ਬਣ ਸਕਦਾ ਉਹ ਐਮਐਲਏ ਬਣ ਗਿਆ ਤੇ ਐਮਐਲਏ ਬਣਨ ਤੋਂ ਬਾਅਦ ਤੁਸੀਂ ਉਹਦੇ ਹਾਬ-ਪਾਬ ਰੰਗ-ਟੰਗ ਵੇਖੋ ਕਿਵੇਂ ਬਦਲੇ ਨੇ ਜਿਹਦੇ ਕੋਲ ਸਾਈਕਲ ਹੁੰਦਾ ਸੀ ਉਹਦੇ ਕੋਲ ਕਰੋੜ-ਕਰੋੜ ਰੁਪਏ ਦੀ ਗੱਡੀ ਏ ਸਰਕਾਰੀ ਦਫ਼ਤਰਾਂ ਦੇ ਵਿੱਚ ਅੰਨੀ ਪਈ ਏ ਤੁਹਾਡੀ ਇੰਟੈਲੀਜੈਂਸ ਦੀਆਂ ਟੀਮਾਂ ਕੀ ਕਰ ਰਹੀਆਂ ਨੇ ਜੇਲਾ ਜੋ ਹਰ ਰੋਜ਼ ਮੋਬਾਈਲ ਮਿਲ ਰਹੇ ਨੇ ਲੋਕਾਂ ਨੂੰ ਧਮਕੀਆਂ ਦੀਆਂ ਕਾਲ ਆ ਰਹੀਆਂ ਨੇ ਇੰਡਸਟਰੀ ਸਾਡੇ ਕੋਲ ਹੈ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਇੰਡਸਟਰੀ ਜਿਹੜੀ ਏ ਉਹ ਕਿਸ ਤਰ੍ਹਾਂ ਪਲਾਨ ਕਰ ਰਹੀ ਏ ਲਾਗੇ ਦੇ ਸੂਬਿਆਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਕਈ ਟੈਕਸਾਂ ਤੋਂ ਛੋਟਾਂ ਨੇ ਸਿਰਫ ਸਾਡੇ ਕੋਲ ਐਗਰੀਕਲਚਰ ਹੈ ਕਿਸਾਨੀ ਹੈ ਤੇ ਉਹ ਵੀ ਬਰਬਾਦ ਹੋ ਰਹੇ ਕੰਡੇ ਤੇ ਹੈ ਪ੍ਰੋਫੈਸਰ ਦਰਬਾਈ ਲਾਲ ਤੇ ਇਹ ਵੀ ਆਖਦੇ ਨੇ ਕਿ ਮੁਲਕ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਰਹੇਗੀ ਪਹਿਲੇ ਵਾਲੇ ਜਮਾਨੇ ਦੇ ਵਿੱਚ ਇੰਨੀ ਲੁੱਟ ਨਹੀਂ ਸੀ ਇੰਨੀ ਆਪਾਤ ਆਪੀ ਨਹੀਂ ਸੀ ਹੁੰਦੀ ਲੀਡਰ ਉਸ ਵੇਲੇ ਇੰਨੇ ਪ੍ਰਸ਼ਨ ਨਹੀਂ ਸਨ ਹੁੰਦੇ ਅਫਸਰशाही ਨੂੰ ਉਦੋਂ ਕੰਟਰੋਲ ਕੀਤਾ ਜਾਂਦਾ ਸੀ ਉਹ ਫਿਰ ਉਦਾਹਰਣ ਵੀ ਦਿੰਦੇ ਨੇ ਸਰਦਾਰ ਬੀਨ ਸਿੰਘ ਦੀ ਵੀ ਕਿਸ ਤਰ੍ਹਾਂ ਜਦੋਂ ਪੰਜਾਬ ਨੂੰ ਕਾਲੇ ਦੌਰ ਦੇ ਵਿੱਚੋਂ ਕੱਢਿਆ ਗਿਆ ਤੇ ਕਿਸ ਤਰ੍ਹਾਂ ਗਵਰਨਰ ਰਾਸੀ ਗਵਰਨਰ ਰਾਜ ਦੇ ਵਿੱਚ ਅਫਸਰशाही ਨੂੰ ਕਿਸ ਤਰ੍ਹਾਂ ਦੀਆਂ ਆਤਾਂ ਪਈਆਂ ਸਨ ਤੇ ਉਸ ਨੂੰ ਕੰਟਰੋਲ ਕੀਤਾ ਸਾਫਕਾ ਉਸਲੇ ਸਵਰਗੀਏ ਮੁੱਖ ਮੰਤਰੀ ਬੀਨਤ ਸਿੰਘ ਦੀ ਨੇ ਬੀਨਤ ਸਿੰਘ ਵੱਲੋਂ ਇਹ ਸਾਰੀ ਸਥਿਤੀ ਕੰਟਰੋਲ ਕੀਤੀ ਗਈ ਪੰਜਾਬ ਪੁਲਿਸ ਦਾ ਵੀ ਰੋਲ ਬਹੁਤ ਵਧੀਆ ਰਿਹਾ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਅਤਵਾਦ ਸਮਾਪਤ ਕੀਤਾ ਗਿਆ ਉਹ ਕਹਿੰਦੇ ਵੀ ਅਫਸਰ ਸ਼ਾਹੀ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਉਹ ਦਿੱਲੀ ਦਾ ਹੁਕਮ ਮੰਨਣ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਖੇ ਲੱਗਾਂ ਲੋਕਾਂ ਨੂੰ ਤੁਸੀਂ ਮਿਲਦੇ ਨਹੀਂ ਤੁਹਾਨੂੰ ਤੇ ਤੁਹਾਡੇ ਸੁਰੱਖਿਆ ਕਰਮੀਆਂ ਨੇ ਇੰਨਾ ਘੇਰਾ ਪਾਇਆ ਹੁੰਦਾ ਹੈ ਇੰਨੇ ਤੁਹਾਡੇ ਆਲੇ-ਦੁਆਲੇ ਬੰਦੇ ਹੁੰਦੇ ਨੇ ਕਿ ਲੋਕ ਆਮ ਬੰਦਾ ਤੇ ਤੁਹਾਡੇ ਕੋਲ ਜਾਣ ਤੋਂ ਵੀ ਡਰਦਾ ਸ਼ਿਕਾਇਤ ਕਰਨ ਤੇ ਬੰਦੇ ਥਾਣੇ ਵੀ ਨਹੀਂ ਜਾਂਦੇ ਲੋਕ ਕਿਉਂਕਿ ਥੱਲੇ ਸ਼ਿਕਾਇਤ ਜਦੋਂ ਕਰਨ ਜਾਂਦੇ ਆ ਲੋਕੀ ਤੇ ਪੁਲਿਸ ਦਾ ਰਵੱਈਆ ਕੀ ਹੁੰਦਾ ਅਸੀਂ ਦੋ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇੱਕ ਸਟੋਰੀ ਕੀਤੀ ਸੀ ਕਿ ਉੱਥੇ ਸਰਕਾਰੀ ਨੌਕਰ ਹੈ ਇੱਕ ਰਿਟਾਇਰਡ ਏਟੀਪ ਪਰਮਜੀਤ ਸਿੰਘ ਦਤਾ ਤੇ ਉਹਨਾਂ ਦੇ ਭਰਾ ਨੇ ਉਹ ਮੌਜੂਦਾ ਪੰਜਾਬ ਪੀ ਸੀ ਪੀ ਸੀ ਐਲ ਪੰਜਾਬ ਪੀ ਐਸ ਪੀ ਸੀ ਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਵਿੱਚ ਉਹ ਜੀਏ ਤੇ ਦੱਸ ਦਈਏ ਕਿ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਹੈ 6 ਮਹੀਨਿਆਂ ਤੋਂ ਥਾਣੇ ਦੇ ਵਿੱਚ ਤੱਕੇ ਖਾਂਦੇ ਨੇ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਤਾਂ ਆਮ ਲੋਕਾਂ ਕੋਲੋਂ ਦੂਰ ਹੋ ਗਏ ਆਮ ਬੰਦੇ ਦੀ ਗੱਲ ਕੋਈ ਨਹੀਂ ਸੁਣਦਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਸਰਕਾਰੀ ਬੰਦੇ ਨੇ ਜਾ ਜਾ ਕੇ ਕਹਿ ਰਹੇ ਨੇ ਕਿ ਸਾਡੇ ਪਿੰਡ ਚ ਨਸ਼ਾ ਵਿਕਦਾ ਤੇ ਇਹ ਕਹਿੰਦੇ ਵੀ ਕਾਰਵਾਈ ਕੀ ਹੋਣੀ ਸੀ ਨਸ਼ਾ ਦੇ ਸੁੱਦਾਕਰ ਨਸ਼ੇ ਦੇ ਸੁੱਦਾਕਰ ਦੇ ਉੱਤੇ ਉਸ ਨੂੰ ਵੀ ਦੱਸ ਦਿੱਤਾ ਜਾਂਦਾ ਪੁਲਿਸ ਵੱਲੋਂ ਵੀ ਤੁਹਾਡੀ ਤੇਰੀ ਸ਼ਿਕਾਇਤ ਤੇ ਹੱਦਤਾ ਪਰਿਵਾਰ ਵਾਲੇ ਕਰਦੇ ਨੇ ਤੇ ਜਿਹਦਾ ਨਤੀਜਾ ਇਹ ਨਿਕਲਦਾ ਉਸ ਪਰਿਵਾਰ ਦੇ ਉੱਤੇ ਦੋ ਦਿਨ ਪਹਿਲਾਂ ਜਾਨ ਲੈਵਾ ਹਮਲਾ ਹੋ ਜਾਂਦਾ ਗੋਲੀ ਚੱਲ ਦਿੱਤੀ ਜਾਂਦੀ ਹੈ ਜਿਹੜੇ ਰਿਟਾਇਰ ਹੋਏ ਨੇ ਪਰਮਜੀਤ ਸਿੰਘ ਦੱਤਾ ਦੱਸਦੇ ਨੇ ਕਿ ਅਸੀਂ ਸ਼ਿਕਾਇਤ ਕਰਨ ਥਾਣੇ ਜਦੋਂ ਗਏ ਤੇ ਘਰ ਬਾਝ ਪਹੁੰਚੇ ਸੀ ਤੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੱਤੀ ਜਾਂਦੀ ਏ ਕਿ ਤੁਹਾਡੀ ਸ਼ਿਕਾਇਤ ਦੱਤਾ ਪਰਿਵਾਰ ਵਾਲੇ ਕਰਕੇ ਗਏ ਜੇ ਤੇ ਉਹਨਾਂ ਤੇ ਜਾਣ ਲੇਵਾ ਭਲਾਉਂਦਾ ਉਹ ਆਖਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਤੇ ਕਈ ਜਿਹੜੇ ਨੇ ਉਹ ਮਰਨ ਦੇ ਕੰਡੇ ਤੇ ਨੇ ਤੇ ਸੂਚਨਾ ਕੀ ਦੇਣੀ ਸੀ ਲੋਕਾਂ ਨੂੰ ਉਹਨਾਂ ਨੇ ਤੇ ਨਸ਼ਾ ਦੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਨਾਲ ਦੁਸ਼ਮਣੀ ਲੈ ਲਈ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਹਜੇ ਤੱਕ ਇਹ ਬੰਦੇ ਸ਼ਾਇਦ ਮੇਰਾ ਖਿਆਲ ਹੈ ਫੜੇ ਨਹੀਂ ਗਏ ਹੁਣ ਮਤ ਸਮਝੇ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਸਮਝੇ ਕਿ ਮੁਫਤ ਬਿਜਲੀ ਦੇਣ ਦੇ ਨਾਲ ਤੁਸੀਂ ਪੰਜਾਬ ਦੇ ਉੱਤੇ ਸਦਾ ਹੀ ਰਾਜ ਕਰਦੇ ਰਹੋਗੇ ਪੰਜਾਬ ਦੇ ਵਿੱਚ ਜੇ ਮੁਫਤ ਬਿਜਲੀ ਦੇਣ ਦੇ ਨਾਲ ਹੀ ਰਾਜ ਹੁੰਦਾ ਨਾ ਲੀਡਰ ਕਰ ਸਕਦੇ ਹੁੰਦੇ ਤੇ ਬਾਦਲ ਸਰਕਾਰ ਕਦੀ ਨਾ ਜਾਂਦੀ ਕਦੀ ਨਾ ਹਾਰਦੇ ਅਕਾਲੀ ਦਲ ਦਾ ਹਾਲ ਤੁਸੀਂ ਦੇਖੋ ਕੀ ਹੋਇਆ ਹੈ ਪਹਿਲਾਂ ਕੀ ਸੀ ਤੇ ਹੁਣ ਕਿੱਥੇ ਸਭ ਤੋਂ ਪਹਿਲਾਂ ਮੁਫਤ ਬਿਜਲੀ ਬਾਦਲ ਪਰਵਾਰ ਨੇ ਸ਼ੁਰੂ ਕੀਤੀ ਸੀ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਆਤਾ ਦਾਲ ਜਿਹੜੀ ਮੁਫਤ ਯੋਜਨਾ ਉਹ ਵੀ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਹੁਣ ਸਵਾਲ ਬਹੁਤ ਸਾਰੇ ਨੇ ਜਿਨ੍ਹਾਂ ਦਾ ਜਵਾਬ ਸਰਕਾਰ ਕੋਲ ਲੈਣਾ ਪਰ ਜਵਾਬ ਮੰਗਿਏ ਕਿਤੇ ਕੋਲ ਇਹਨਾਂ ਤੱਕ ਪਹੁੰਚ ਕਰਨਾ ਔਖਾ ਹੋ ਗਿਆ ਹੁਣ ਚਾਰ ਜਿੰਮੀ ਚੋਣਾਂ ਹੋ ਰਹੀਆਂ ਨੇ ਦੇਖੋ ਅੱਜ ਅਰਵਿੰਦ ਕੇਰਿਵਾਲ ਸਾਹਿਬ ਪਹੁੰਚਦੇ ਡੇਰਾ ਬਾਬਾ ਨਾਨਕ ਜਿੱਥੇ ਉਹ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਹੁਣ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉੱਤੇ ਵਰਦੇ ਨੇ ਤੇ ਉਹਨਾਂ ਦੇ ਉੱਤੇ ਪਰਚੇ ਕਰਾਉਣ ਦਾ ਵੀ ਇਹੋ ਪLANਦੇ ਨੇ ਤੇ ਆਖਦੇ ਨੇ ਇਹ ਜਿਹੜੇ ਇਲੈਕਸ਼ਨ ਹੋ ਰਹੇ ਨੇ ਇਹ ਦੋ ਰੰਧਾਵਾਵਾਂ ਦੇ ਵਿਚ ਹੋ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕੈਂਡੀਡੇਟ ਖੜਾ ਕੀਤਾ ਗਿਆ ਉਹ ਵੀ ਰੰਧਾਵਾ ਹੀ ਹੈ ਕਹਿੰਦੇ ਇੱਕ ਬੇਈਮਾਨ ਰੰਧਾਵਾ ਹੈ ਤੇ ਇੱਕ ਇਮਾਨਦਾਰ ਰੰਧਾਵਾ ਹੈ ਬੇਈਮਾਨ ਰੰਧਾਵਾ ਪਰਵਾਸ ਸੋਚਦਾ ਹੈ ਕਿ ਕਦੀ ਆਪਣੇ ਮੁੰਡੇ ਨੂੰ ਤੇ ਕਦੀ ਆਪਣੀ ਵੋਟੀ ਨੂੰ ਖੜਾ ਕਰ ਦੇਗਾ ਪਰਚੇ ਕਰਵਾਏਗਾ ਤੁਮ ਕੋ ਹਰ ਰੰਦਾ ਲੋਕਾਂ ਨੂੰ ਤੇ ਦੂਜਾ ਰੰਦਾਵਾ 3 ਲੱਖ ਰੰਦਾਵਾ ਪਰਿਵਾਰਾਂ ਨੂੰ ਆਪਣਾ ਪਰਿਵਾਰ ਮੰਨਦਾ ਉਹ ਕਹਿੰਦੇ ਨੇ ਕਿ ਸਾਡੇ ਉਮੀਦਵਾਰ ਨੂੰ ਜਿਤਾਓ ਤੁਹਾਡੇ ਸਾਰੇ ਕੰਮ ਹੋਣਗੇ ਮੈਨੂੰ ਤੁਹਾਡੇ ਇਲਾਕੇ ਦੀਆਂ ਕੋਈ ਮੰਗਾ ਦਸੀਆਂ ਗਈਆਂ ਨੇ ਕਿ ਡੇਰਾ ਬਾਬਾ ਨਾਨਕ ਜਿਵੇਂ ਗੋਬਰ ਗੈਸ ਪਲਾਂਟ ਲਾਣਾ ਚੱਬੇਵਾਲ ਦੇ ਵਿੱਚ ਆਈਟੀਆਈ ਜਿਹੜੀ ਉਹ ਖੋਲਣੀ ਹੈ ਪੋਲੀਟੈਕਨਿਕ ਬਣਾਇਆ ਜਾਣਾ ਹੋਰ ਵੀ ਮਹਿਲਾਵਾਂ ਲਈ ਇੰਡਸਟਰੀ ਲਾਈ ਜਾਣੀ ਹੈ ਸਟੇਡੀਅਮ ਬਣਾਏ ਜਾਣੇ ਨੇ ਤਾਂ ਕਿ ਨੌਜਵਾਨ ਖੇਡਾਂ ਨਾਲ ਜੁੜਨ ਤੇ ਨਸ਼ੇ ਛੱਡਣ ਕੇਦੀਵਾਲ ਸਾਹਿਬ ਅੱਜ ਇਹ ਵੀ ਆਖਦੇ ਨੇ ਇਹ ਦੂਸਰੀ ਪਾਰਟੀ ਵਾਲਾ ਜੇ ਕੋਈ ਉਮੀਦਵਾਰ ਜਿੱਤ ਗਿਆ ਤੇ ਫਿਰ ਤੁਹਾਡੇ ਕੋ ਕੰਮ ਨਹੀਂ ਕੋਈ ਕਰਵਾ ਸਕੇਗਾ ਮਤਲਬ ਸਿੱਧੀ ਤਰ੍ਹਾਂ ਲੋਕਾਂ ਨੂੰ ਆਖ ਦਿੰਦੇ ਨੇ ਵੀ ਸਾਡੇ ਬੰਦਿਆਂ ਨੂੰ ਜਿਤਾਓ ਫਿਰ ਤੁਹਾਡੇ ਕੰਮ ਹੋਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਫਿਰ ਬੋਲਦੇ ਨੇ ਇੱਥੇ ਆਖਦੇ ਨੇ ਕਿ 20 ਨਵੰਬਰ ਨੂੰ ਪੈਣੀਆਂ ਵੋਟਾਂ ਪਹਿਲਾਂ ਇਹ ਵੋਟਾਂ ਪੈਣੀਆਂ ਸੀਗੀਆਂ 13 ਨਵੰਬਰ ਨੂੰ ਤੇ ਜੇ 13 ਨਵੰਬਰ ਨੂੰ ਵੋਟਾਂ ਪੈਂਦੀਆਂ ਤੇ ਕਾਂਗਰਸ 20000 ਤੋਂ ਵੱਧ ਵੋਟਾਂ ਨਾਲ ਹਾਰਦੀ ਪਰ ਹੁਣ ਇਹ ਸਮਾਂ ਵੱਧ ਗਿਆ 20 ਨਵੰਬਰ ਨੂੰ ਵੋਟਾਂ ਪੈਣੀਆਂ ਹੁਣ ਕਾਂਗਰਸ ਜਿਹੜੀ 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੇਗੀ ਉਹ ਲੋਕਾਂ ਨੂੰ ਆਖਦੇ ਕਿ ਤੁਸੀਂ ਸਾਡੇ ਉਮੀਦਵਾਰਾਂ ਨੂੰ ਜਿਤਾਓ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਪਹਚਾਓ ਤੇ ਮੰਗਾ ਹੋਣਗੀਆਂ ਤੁਹਾਡੀਆਂ ਕਾਗਜ਼ ਹੋਣਗੇ ਇਹਨਾਂ ਦੇ ਤੇ ਜਿਨ੍ਹਾਂ ਦੇ ਉੱਤੇ ਸਾਈਨ ਕਹਿੰਦੇ ਹਰੇ ਪੈਣਾ ਮੈਂ ਕਰਾਂਗਾ ਉਹ ਇਹ ਵੀ ਆਖਦੇ ਲੋਕਾਂ ਨੂੰ ਸਮਝਾਉਂਦੇ ਵੀ ਸਾਡੀ ਸਰਕਾਰ ਦੇ ਜੇ 2 ਸਾਲ ਤੋਂ ਵੱਧ ਦਾ ਸਮਾਂ ਪਿਆ ਤੇ ਸਪੀਡ ਤੁਸੀਂ ਵੇਖਿਓ ਜਿੰਨਾ ਸਮਾਂ ਸਾਡਾ ਰਹਿੰਦਾ ਸਾਡੀ ਸਰਕਾਰ ਦੀ ਵੀ ਕਿਸ ਤਰ੍ਹਾਂ ਤੁਹਾਡੇ ਇਲਾਕਿਆਂ ਦੇ ਕੰਮ ਕਰਦੇ ਐ ਠੀਕ ਹੈ ਮਾਨ ਸਾਹਿਬ ਤੁਹਾਡੇ ਕੋਲ ਤਾਂ ਪਹਿਲਾਂ ਹੀ ਬਹੁਤ ਸੀਟਾਂ ਨੇ 92 ਐਮਐਲਏ ਲੋਕਾਂ ਨੇ ਜਿਤਾਤੇ ਤੁਹਾਡੀ ਸਰਕਾਰ ਨੂੰ ਕਿਸ ਦਾ ਡਰ ਹੈ ਤੁਸੀਂ ਇਹ ਚਾਰ ਸੀਟਾਂ ਵੀ ਜਿੱਤ ਸਕਦੇ ਹੋ ਪਰ ਸਵਾਲ ਇਹ ਹੈ ਕਿ ਜਿਹੜੇ ਵਾਦੇ ਤੁਸੀਂ ਲੋਕਾਂ ਨਾਲ ਕੀਤੇ ਸੀ ਕੀ ਉਹ ਵਾਦੇ ਪੂਰੇ ਹੋਏ ਨੇ ਇੱਕ ਵਾਰ ਆਪਣਾ ਮੈਨੀਫੈਸਟੋ ਪੜ੍ਹ ਲਓ ਜਿਹੜਾ ਤੁਸੀਂ 2022 ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਜਾਰੀ ਕੀਤਾ ਸੀ ਉਹਦੇ ਨਾਲ ਝਾਤੀ ਜ਼ਰੂਰ ਮਾਰੋ ਬਾਕੀ ਫੈਸਲਾ ਜਨਤਾ ਨੇ ਕਰਨਾ ਕਿਉਂਕਿ ਲੋਕ ਬਹੁਤ ਸਿਆਣੇ ਨੇ ਤੇ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਕੀ ਕੁਮਰ ਵਿਜੇ ਪ੍ਰਤਾਪ ਸਿੰਘ ਦੀਆਂ ਦਲੀਲਾਂ ਦਾ ਉਹਨਾਂ ਵੱਲੋਂ ਲਾਏ ਗਏ ਰੋਪਾਂ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਜੇ ਹੈ ਜਾਂ ਨਹੀਂ ਤੇ ਜੇ ਜਵਾਬ ਹੈ ਤਾਂ ਦੱਸੋ ਤੇ ਜੇ ਜਵਾਬ ਨਹੀਂ ਹੈ ਤੁਸੀਂ ਚੁੱਪ ਰਹਿੰਦੇ ਹੋ ਲੋਕੀ ਆਪ ਹੀ ਸਮਝਦਾਰ ਨੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਗੱਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਤੁਸੀਂ ਤਾਂ ਪੰਜਾਬ ਨੂੰ ਕਰਜ਼ੇ ਚੋਂ ਕੱਢਣਾ ਸੀ ਪਰ ਕਿੰਜ ਕਿਸ ਤਰ੍ਹਾਂ ਜਿਹੜਾ ਪੰਜਾਬ ਹੈ ਕਰਜ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਹੈ ਇਸ ਕਰਕੇ ਰੱਬ ਦਾ ਵਾਸਤਾ ਜੀ ਚੋਰ ਮੂਰੀਆਂ ਬੰਦ ਕਰੋ ਜਿਹੜੇ ਲੋਕ ਜਿਹੜੇ ਅਫਸਰ ਆਪਣੀ ਡਿਊਟੀ ਠੀਕ ਤੰਗ ਦੇ ਨਾਲ ਨਹੀਂ ਨਿਭਾਰੇ ਉਹਨਾਂ ਨੂੰ ਖੁੱਡੇ ਲੈਣ ਲਾਓ ਉਹਨਾਂ ਦੀਆਂ ਬਦਲੀਆਂ ਕਰੋ ਕੁਮਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਠੀਕ ਕਹਿੰਦੇ ਨੇ ਵੀ ਇਹਨਾਂ ਦੇ ਨੈਕਸਸ ਬਣੇ ਹੋਏ ਨੇ ਨੈਕਸਸ ਤੋੜਨ ਵਾਸਤੇ ਰੋਟੇਸ਼ਨ ਕਰ ਦਿਓ ਬਦਲੀਆਂ ਕਰ ਦਿਓ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਵਾਰੀ ਪਾਵਰ ਦੇ ਕੇ ਵੇਖ ਲਓ ਉਹਨੂੰ ਦੇ ਕੇ ਵੇਖ ਲਓ 6 ਮਹੀਨੇ ਸਾਲ ਵੀ ਸਾਡੇ ਕੋਲ ਤਾਂ ਕੋਈ ਸੁਭਲਿਆ ਨਹੀਂ ਪੌਣੇ 3 ਸਾਲ ਸਾਡੀ ਸਰਕਾਰ ਨੂੰ ਹੋ ਗਿਆ ਵੀ ਸ਼ਾਇਦ ਕੁਮਰ ਵਿਜੇ ਪ੍ਰਤਾਪ ਸਿੰਘ ਹੀ ਕੁਝ ਜਿਹੜਾ ਸੁਧਾਰ ਕਰ ਦੇਣ ਤੇ ਜੇ ਨਹੀਂ ਕਰਨਗੇ ਤੇ ਫਿਰ ਪਹਿਲੇ ਤੁਹਾਡੇ ਕੋਲ ਕਿਹੜਾ ਸੁਧਾਰ ਹੋਇਆ ਬਾਦਸ਼ਾਹ ਸਵਾਲ ਬਹੁਤ ਨੇ ਗੱਲਾਂ ਵੀ ਬਹੁਤ ਨੇ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਨੇ ਬਾਕੀ ਜਨਤਾ ਬਹੁਤ ਸਿਆਣੀ ਹੈ ਲੋਕ ਬਹੁਤ ਸਿਆਣੇ ਨੇ ਤੁਹਾਡੀਆਂ ਤੇ ਲੋਕਾਂ ਦੀ ਅੱਖ ਹੈ ਤੇ ਸਾਨੂੰ ਦੇ ਉਜ਼ਾਰਤ ਧੰਨਵਾਦ ਸਾਸਿਕਾ ਨਮਸਕਾਰ